ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਆ ਮੇਰੇ ਭੈਣ ਭਰਾ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਅੱਜ ਦਾ ਵਲੋਗ ਹੈਗਾ ਯਾਨੀ ਕਿ ਅੱਜ ਆਪਾਂ ਚੱਲੇ ਹਾਂ ਯਾਰਾਂ ਨਾਲ ਫਨ ਸ਼ਨ ਕਰਨ, ਘੁੰਮਣ ਫਿਰਨ, ਕਿਉਂਕਿ ਪ੍ਰੀਤ ਗਈ ਹੋਈ ਆਪਣਾ ਤੈਨੂੰ ਪਤਾ ਲੁਧਿਆਣੇ, ਅਤੇ ਮੈਂ ਫਿਰ ਇਕੱਲੇ ਹੀ ਘਰ ਹੁੰਦਾ ਅਤੇ ਮੈਂ ਕਿਹਾ ਚਲੋ ਜੀ ਥੋੜ੍ਹਾ ਜਿਹਾ ਜਿਹੜਾ ਟਾਈਮ ਪਾਸ ਹੋਣ ਨਹੀਂ ਡਿਆ ਇਹ, ਮੈਂ ਕਿਹਾ ਚਲੋ ਟਾਈਮ ਪਾਸ ਨਹੀਂ ਹੋਣ ਡਿਆ ਅਤੇ ਆਪਣੇ ਯਾਰਾਂ ਨਾਲ ਜਾਂ ਫਨ ਸ਼ਨ ਕਰ ਲਈਏ। ਤੁਹਾਨੂੰ ਪਤਾ ਵਿਆਹ ਤੋਂ ਬਾਅਦ ਫਿਰ ਜ਼ਿੰਮੇਵਾਰੀ ਜਿਹੜੀ ਵੱਧ ਜਾਂਦੀ ਹੈ ਅਤੇ ਬੰਦਾ ਕਿੱਥੇ ਨਿਕਲਿਆ ਜਾਂਦਾ ਇੱਧਰ ਉੱਧਰ, ਅਤੇ ਹੁਣ ਥੋੜ੍ਹਾ ਜਿਹਾ ਫ੍ਰੀ ਹਾਂ ਤਾਂ ਮੈਂ ਕਿਹਾ ਚਲੋ ਯਾਰਾਂ ਨਾਲ ਫਨ ਸ਼ਨ ਕਰ ਲੈਂਦੇ ਹਾਂ। ਆਓ ਫਿਰ ਚੱਲਦੇ ਹਾਂ। ਸ਼ਾਮ ਦਾ 4:30 ਦਾ ਟਾਈਮ ਹੋਇਆ ਯਾਰ, ਨਜ਼ਾਰੇ ਮਨ ਅਤੇ ਮੌਸਮ ਨੇ ਆਪ ਹਨੇਰੀ ਆ ਗਈ, ਪੂਰੀ ਹਨੇਰੀਆਂ ਛਾਈਆਂ ਹਨੇਰੀਆਂ, ਨਜ਼ਾਰੇਦਾਰ ਹੋ ਗਿਆ ਮੌਸਮ ਆਹ ਮੌਸਮ। ਸ਼ੁਕਰ ਹੈ ਰੱਬ ਦਾ, ਸ਼ੁਕਰ ਹੈ ਪਰਮਾਤਮਾ ਦਾ, ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਯਾਰ ਗਰਮੀ ਹੋਈ ਹੁਣ ਤਾਂ ਸਪਨਾ ਹਨੇਰੀਆਂ ਆ ਗਈਆਂ ਹਨੇਰੀਆਂ। ਤਰਨ ਤਾਰਨ ਰੋਡ ਤੱਕ ਝੱਟਾਂ ਬੱਸਾਂ ਲੱਗੀਆਂ, ਸਤਾਰਾ ਸਾਹਿਬ ਕੱਟ ਕੇ ਆਏ ਨੇ ਸੰਗਤਾਂ, ਹੁਣ ਘਰ ਦੀ ਵਾਪਸੀ ਹੈ ਅਤੇ ਆਪ ਤਰਨ ਤਾਰਨ ਰੋਡ ਸਾਰਾ ਭਰਿਆ ਪਿਆ ਹੁਣ ਬੱਸਾਂ ਨਾਲ। ਇੱਧਰ ਦੇਖੋ ਰਸ਼ ਦੇਖੋ ਜੀ ਤੁਸੀਂ, ਰਸ਼ ਬੱਲੇ ਬੱਲੇ ਬੱਲੇ। ਲਓ ਜੀ ਪਹੁੰਚ ਗਏ ਅਸੀਂ ਦਸਾਂ ਵਾਲੀ ਮਾਰਕੀਟ, ਅਤੇ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੋਇਆ ਯਾਰ, ਇਹ ਠਹਿਰ ਕੇ ਜਾਂਦੇ ਹਾਂ ਯਾਰ ਦਰਸ਼ਨ ਕਰਨ, ਮਹਾਰਾਜ ਦੇ ਸੰਗਤ ਆ ਜੇ ਬਹੁਤ ਜ਼ਿਆਦਾ ਹੈ, ਸੰਗਤ ਦੇਖ ਸਕਦੇ। ਮੈਂ ਆਲੂ ਬੁਖਾਰਾ ਖਾਈਏ ਬੈਠੇ ਬੈਠੇ, ਵਾਹਵਾ ਸਵਾਦ ਆਲੂ ਬੁਖਾਰਾ, ਪੂਰਾ ਲਾ ਲਓ ਲਾਲ ਆ ਪਹੁੰਚ ਗਿਆ। ਅੱਜ ਹੋਣਗੇ ਫਨ ਸ਼ਨ, ਇਕੱਠੇ ਹੋ ਗਏ ਹਾਂ ਫਿਰ ਦੋਵੇਂ ਜਾਣੇ, ਕਾਫੀ ਦੇਰ ਬਾਅਦ ਇਕੱਠੇ ਹੋਏ ਯਾਰ ਕੀ, ਨਹੀਂ ਉਹਨਾਂ ਦਾ ਇਕੱਲੇ ਲੱਗਦਾ ਹੈ ਟਾਈਮ ਨਹੀਂ ਲੱਗਦਾ, ਇੱਦਾਂ ਹੀ ਆ। ਬਾਅਦ ਚਿਰ ਹੋ ਗਿਆ ਕਰੋ ਆਇਆ ਨੂੰ ਨਿਆਣਿਆਂ ਦੇ ਮੂੰਹ ਵੇਖੇ, ਚਲੋ ਗੁਰੂ ਸਾਹਿਬ ਜੀ ਦਰਸ਼ਨ ਕਰ ਲਿਆ ਤੇ ਹੋਰ ਬਾਅਦ ਆਲੇ ਦੁਆਲੇ ਥੋੜਾ ਜਿਹਾ ਘੁੰਮ ਲਈਏ ਆਪਾਂ, ਹੋਰ ਆ ਗਏ ਜੀ ਦਰਬਾਰ ਸਾਹਿਬ ਵੱਲ, ਬਹੁਤ ਵੱਡੀ ਮਾਰਕੀਟ ਹੈ ਦਰਬਾਰ ਸਾਹਿਬ ਦੀ ਸਾਈਡ ਅਗੇ। ਲਓ ਜੀ ਇਹ ਆਪਣੇ ਬਾਬਾ ਅਟਲ ਰਾਏ ਜੀ, ਵਾਹਿਗੁਰੂ, ਸ਼੍ਰੀ ਦਰਬਾਰ ਸਾਹਿਬ ਜੀ ਦਾ ਆਪਣਾ ਜੋੜੇ ਘਰ, ਸ਼੍ਰੀ ਦਰਬਾਰ ਸਾਹਿਬ ਦੇ ਆ ਗਏ ਬਾਹਰਲੀ ਸਾਈਡ, ਅਤੇ ਅੰਦਰ ਤਾਂ ਮੱਥਾ ਟੇਕਿਆ ਨਹੀਂ ਜਾ ਸਕਦਾ ਕਿਉਂਕਿ 2-3 ਘੰਟੇ ਜਿਹੜੇ ਲੱਗ ਜਾਂਦੇ ਹੈਗੇ, ਅਤੇ ਬਾਹਰੋਂ ਬਾਰੀ ਦਰਸ਼ਨ ਕਰ ਲੈਂਦੇ ਹਾਂ ਅਤੇ ਚਲੋ
ਮਨ ਖੁਸ਼ ਹੋ ਗਿਆ ਮਹਾਰਾਜ ਦਾ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਦੇ। ਉਹ ਸਾਹਮਣੇ ਕਾਂਵੇ ਫੁਆਰੇ ਧੰਨ ਗੁਰੂ ਰਾਮਦਾਸ ਮਹਾਰਾਜ। ਲਓ ਜੀ ਅਸੀਂ ਆਏ ਹਾਂ ਘੁੰਮਦੇ ਫਿਰਦੇ ਪੀ ਵੀ ਆਰ ਫਿਲਮਾਂ ਵੇਖਣ ਵਾਸਤੇ। ਕਿਹੜੀ ਫਿਲਮ ਲੱਗੀ ਆਪਣੀ ਸਿਟੀ ਕੁਛ ਹੈਗਾ ਜੀ ਇੱਦਾਂ ਕਰਕੇ ਵਧੀਆ ਹੈਗਾ ਸਿਨੇਮਾ। ਇੱਕ ਦੋ ਵਾਰੀ ਫਿਲਮਾਂ ਵੇਖੀਆਂ ਵਧੀਆ ਵਾ, ਫਸਟ ਕਲਾਸ ਬਣਿਆ ਅੰਦਰੋਂ, ਏਸੀ ਆ ਫੁੱਲ। ਆਪਣੀ ਯਾਰ ਯੂਨਿਟ 3 ਤਾਂ ਲੱਗ ਗਈ ਆਪਣੀ, ਅਤੇ ਆਹ 15 ਅਗਸਤ ਨੂੰ ਲੱਗਣੀ ਹੈ ਜਿਹੜੀ ਖੇਲ ਖੇਲ, ਅਤੇ ਇੱਕ ਦਾਰੂ ਨਾ ਪੀਂਦਾ ਹੋਵੇ ਅਮਰਿੰਦਰ ਗਿੱਲ ਦੀ ਮੂਵੀ ਆ ਰਹੀ ਹੈ ਇਹ ਹੈਗੀ ਆਪਣਾ, 2 ਨੂੰ ਰਿਲੀਜ਼ ਹੋਣੀ ਹੈ। ਅੱਜ ਕਿੰਨੀ ਰਿਲੀਜ਼ ਹੋ ਗਈ ਹੋਣੀ ਹੈ, ਅਤੇ ਇਹ ਵੀ ਰਿਲੀਜ਼ ਹੋ ਗਈ, ਅੱਜ ਤਾਂ 4 ਹੋ ਗਈ ਆਪਣੀ, ਇਹ ਵੀ ਰਿਲੀਜ਼ ਹੋ ਗਈ ਹੈ, ਇਹ ਲੱਗੀਆਂ ਫਿਲਮਾਂ। ਵੀਰ ਗੰਡਾ ਬੂਟ ਵੇਖਣਾ ਨਾ, ਚੱਲ ਬੂਟ ਵੇਖ ਲਾ, ਰੇਟ ਹੈਗਾ ਆਪਾਂ 500 ਵਾਲੀਆਂ ਬੂਟ ਆ ਸਾਰੇ। ਕਿਹੜੇ ਆ ਪਿਛਾ ਜੀ ਆ, ਚਲੋ ਵੇਖ ਲਓ ਲੈਣੇ ਜਿਹੜੇ। ਰਾਤ ਹੋ ਗਈ ਆ, ਰਾਤ ਦਾ ਵਿਊ ਬਹੁਤ ਸੋਹਣਾ ਇੱਥੋਂ ਦਾ, ਬਹੁਤ ਵਧੀਆ ਲੱਗ ਰਿਹਾ। ਮੈਂ ਕਿਹਾ ਹੁਣ ਭੁੱਖ ਜਿਹੀ ਲੱਗ ਗਈ, ਮੈਂ ਰਾਜ ਘਰ ਬਰਗਰ ਖਾ ਲਈਏ, ਬਰਗਰ ਹੋਣ ਦੇ ਜੀ। ਲਓ ਜੀ ਇੱਧਰ ਆ ਗਏ, ਗਰਮਾ ਗਰਮ ਬਰਗਰ ਸੋ ਖਾਂਦੇ ਹਾਂ, ਅਤੇ ਨਾਲ ਤੁਰੇ ਚੱਲੀਏ, ਮੈਂ ਕਿਹਾ ਹੁਣ ਆਪਾਂ ਪੀ ਲਈਏ ਮੈਂਗੋ। ਕਿਹੜੇ ਪੀਣਾ ਵੀਰ, ਪਪੀਤਾ? ਫਿਰ ਮੈਂ ਤਾਂ ਪੀਊਂਗਾ ਬਨਾਨਾ ਸ਼ੇਕ। ਲੈ ਵੀ ਆ ਗਿਆ ਆਪਣਾ ਬਨਾਨਾ ਸ਼ੇਕ, ਇੱਧਰ ਵੀਰ ਨੇ ਆਪਣਾ ਪਪੀਤਾ ਸ਼ੇਕ, ਸੋ ਪੀਂਦੇ ਹਾਂ, ਇੰਜੋਏਮੈਂਟ ਕਰਦੇ ਹਾਂ, ਕਾਫੀ ਦੇਰ ਬਾਅਦ ਮਿਲੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਮੈਂ ਤਾਂ ਰੋਇਲ ਮੋਮੈਂਟ ਆਏ ਹਾਂ ਅਤੇ ਘੁੰਮ ਹੀ ਹੋਣਾ, ਅਤੇ ਤੈਅ ਕਰਾ ਲਈਏ ਰੋਇਲ ਮੋਮੈਂਟ, ਭੀੜ ਵਾਹਵਾ ਹੀ ਆ। ਮੋਮੈਂਟ ਲੈ ਲਿਆ ਮੰਮੀ ਹੋਣਾ ਵਾਸਤੇ, ਚੱਲੀਏ ਘਰ। ਹੈਪੀ ਵੀਰ ਹੋਣਾ ਨੂੰ ਮਿਲ ਲਿਆ ਵਾ, ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ। ਕਹਿੰਦੇ ਯਾਰ ਦੋਸਤ ਕਿਸੇ ਨੇ ਆਵਾਜ਼ ਮਾਰ ਲਈ ਆ, ਕਹਿੰਦੇ ਰੋਹ ਪੀ ਲਓ, ਮੈਂ ਕਿਹਾ ਰੋਹ ਨਹੀਂ ਪੀਣੀ, ਉੱਦਾਂ ਠੀਕ ਠਾਕ ਹੋਰ ਵਧੀਆ ਜੀ, ਠੀਕ ਠਾਕ ਜੀ, ਵਧੀਆ ਕੰਮ ਕਾਰ ਕਿੱਦਾਂ, ਠੀਕ ਠਾਕ ਆ, ਵਾਹ ਵਧੀਆ ਵਧੀਆ, ਕਿਰਪਾ ਜੀ, ਬਸ ਬਸ ਯਾਰ। ਨਹੀਂ ਨਹੀਂ ਉਹ ਨਹੀਂ ਭਾਈ, ਵੀਰ ਨੇ ਜ਼ਬਰਦਸਤੀ ਕਹਿੰਦੇ ਰੋਹ ਪੀਓ, ਜ਼ਬਰਦਸਤੀ ਵੀਰ ਨੇ ਕਹਿੰਦੇ ਰੋਹ ਪੀਓ, ਉੱਦਾਂ ਜਾਣ ਨਹੀਂ ਦੇਣਾ ਮੈਂ, ਉੱਦਾਂ ਆਵਾਜ਼ ਆਵਾਜ਼ ਮਾਰ ਲਈ, ਕਹਿੰਦੇ ਰੁਕੋ ਰੁਕੋ ਰੋਹ ਪੀ ਕੇ ਜਾਓ। ਮੈਂ ਚੱਲ ਕੋਈ ਨਾ ਪੀ ਲੈਂਦੇ ਭਰਾ, ਪ੍ਰੇਮ ਪਿਆਰ ਦੇ ਭੁੱਖੇ ਆਪਾਂ ਵੀ, ਵੀਰ ਨੇ ਆਵਾਜ਼ ਮਾਰੀ ਤਾਂ ਆਪਾਂ ਰੁਕ ਗਏ ਹਾਂ। ਅੱਜ ਮੈਂ ਥੋੜ੍ਹਾ ਬਾਹਰੋਂ ਲੇਟ ਹੋ ਗਿਆ ਵਿਚਾਰਾ, ਹੁਣ ਜਿਹੜਾ ਨੂੰ ਡੀਕਣ ਡਿਆ ਸੀ, ਭੁੱਖ ਬੜੀ ਲੱਗੀ। ਹਾਂ ਮੈਨੂੰ ਵੇਖ ਕੇ ਤਾਂ ਭੱਜਦਾ ਹੀ ਆਇਆ ਫਟਾਫਟ ਇੱਧਰ ਘਰ ਵੱਲ ਨੂੰ। ਆਲੂ ਅਤੇ ਮਟਰ ਆਲੂ ਅਤੇ ਚਾਂਪ ਰੋਟੀ,
ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਫਰੈਂਡ ਪ੍ਰੋਮਿਸ ਵੈਸਟ ਕਿ ਸਾਡਾ ਵੀ ਨਾਲ ਆ ਵਲੌਗ ਦੇ ਵਿੱਚ। ਤੇ ਇੱਕ ਮੇਰੀ ਭੈਣ ਹੈਗੀ ਹੈ ਜੀ ਸੁਰਿੰਦਰ ਕੌਰ ਜੀ ਬੰਗੇ ਤੋਂ, ਤੇ ਨਾਲੇ ਸਾਡੇ ਹੋਰ ਨੇ ਜੀ ਜਸ਼ ਜੀ USA ਤੋਂ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਰਣਜੀਤ ਕੌਰ ਜੀ ਤਰਨ ਤਾਰਨ ਤੋਂ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਜੀ ਸ਼ੁਭਦੀਪ ਕੌਰ ਜੀ ਬਟਾਲੇ ਤੋਂ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਰੁਪਿੰਦਰ ਕੌਰ ਜੀ ਕਨੇਡਾ ਤੋਂ। ਹਾਂਜੀ ਜੀ, ਫਿਰ ਕਿੱਦਾਂ ਲੱਗਾ ਅੱਜ ਦਾ ਵਲੌਗ? ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ, ਅਤੇ ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ। ਮਿਲਦੇ ਹਾਂ ਸੋਹਣੇ ਜਿਹੇ ਫੈਮਿਲੀ ਵਲੌਗ ਦੇ ਨਾਲ। ਬਾਏ ਬਾਏ।